ਟਾਈਪਸ ਆਫ ਲਾਈਫ ਇੰਸ਼ੋਰੈਂਸ ਪ੍ਰੋਡਕਟ ਜਿਹੜੀ ਅਸੀਂ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੈਗੇ ਹਾਂ ਉਹਦੀਆਂ ਸਾਨੂੰ ਪਤਾ ਬਹੁਤ ਸਾਰੀਆਂ ਕੰਪਨੀਆਂ ਹੈਗੀਆਂ ਨੇ ਉਹ ਇਗਜ਼ਾਮਪਲ ਕੰਪਨੀ ਦੇ ਤੁਸੀਂ ਦਿੰਦੇ ਹੋ ਨਾਮ ਲਿਖੇ ਹੋਣਗੇ ਕਿਹੜੇ ਕਿਹੜੇ ਲਿਖ ਦੋਗੇ LIC ਭਾਰਤੀ ਲਾਈਫ ਇੰਸ਼ੋਰੈਂਸ ਠੀਕ ਹੈ ਭਾਰਤੀ ਐਕਸਚੇਂਜ ਇੰਸ਼ੋਰੈਂਸ ਹੈਗੀ ਹੈ ਬਿਰਲਾ ਲਾਈਫ ਹੈ ਜਯੋਤੀ ਇੰਸ਼ੋਰੈਂਸ ਵੀ ਹੈ ਕੋਈ ਨਾ ਕੋਈ ਜੀਵਨ ਜਯੋਤੀ ਵੀ ਹੈ ਜੀਵਨ ਬੀਮਾ ਵੀ ਹੈ ਠੀਕ ਹੈ ਅਭੀ ਹੋਰ ਕਿਸੇ ਦੇ ਨਾਮ ਤੇ ਨਹੀਂ ਹੈ ਠੀਕ ਹੈ ਟਾਈਪ ਆਫ ਡੈਥਰ ਸਭ ਤੋਂ ਪਹਿਲਾਂ ਹੈਗੀ ਟਰਮ ਇੰਸ਼ੋਰੈਂਸ ਟਰਮ ਇੰਸ਼ੋਰੈਂਸ ਇਜ਼ ਡਿਜ਼ਾਈਨ ਟੂ ਪ੍ਰੋਵਾਈਡ ਪਿਓਰ ਲਾਈਫ ਕਵਰ ਐਂਡ ਸੋ ਵਿਲ ਪ੍ਰੋਵਾਈਡ ਬੈਨੀਫਿਟ ਔਨ ਦੀ ਡੈਥ ਡਿਊਰਿੰਗ ਦੀ ਟਰਮ ਆਫ ਏ ਪਾਲਿਸੀ ਟਰਮ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਇੱਕ ਟਰਮ ਦੇ ਅਕੋਰਡਿੰਗ ਕਰੀ ਜਾਂਦੀ ਮੀਨਸ ਉਹਦੇ ਵਿੱਚ ਹੁੰਦਾ ਵੀ ਤੁਹਾਨੂੰ ਜਿਹੜਾ ਪੈਸਾ ਮਿਲੇਗਾ ਕਦੋਂ ਮਿਲੇਗਾ ਜਦੋਂ ਤੁਹਾਡੀ ਡੈਥ ਹੋਏਗੀ ਦੀ ਪਾਲਿਸੀ ਕੈਨ ਬੀ ਪਰਚੇਜ ਫੋਰ ਦੀ ਮੈਨੀ ਸਿਲੈਕਟਿਡ ਟਾਈਮ ਪੀਰੀਅਡ ਇਹ ਪਾਲਿਸੀ ਜਿਹੜੀ ਹੈ ਬਹੁਤ ਟਾਈਮ ਪੀਰੀਅਡ ਲਈ ਤੁਸੀਂ ਸਿਲੈਕਟ ਕਰ ਸਕਦੇ ਹੋ ਤੁਹਾਡੇ ਉੱਪਰ ਟਾਈਮ ਪੀਰੀਅਡ ਸਿਲੈਕਟ ਹੋਏਗਾ ਜਿਹੜੀ ਤੁਸੀਂ ਟਾਈਮ ਪੀਰੀਅਡ ਸਿਲੈਕਟ ਕੀਤਾ ਹੈ ਠੀਕ ਹੈ ਦੀ ਇੰਸ਼ੋਰੈਂਸ ਪੇ ਦੀ ਪਾਲਿਸੀ ਹੋਲਡਰ ਸਟੇਟ ਇਫ ਸ਼ੀ ਇਜ਼ ਡਾਇੰਗ ਡਿਊਰਿੰਗ ਦੀ ਟਰਮ ਆਫ ਪਾਲਿਸੀ ਬਟ ਇਫ ਸ਼ੀ ਸਰਵਾਈਵ ਸ਼ੀ ਵਿਲ ਰਿਸੀਵ ਨਥਿੰਗ ਇਸ ਪਾਲਿਸੀ ਦੇ ਵਿੱਚ ਹੁੰਦਾ ਹੈ ਕਿ ਪਰਸਨ ਜਿਹੜਾ ਹੈਗਾ ਜਿੰਨਾ ਚਿਰ ਮਰਜ਼ੀ ਚਾਹੇ ਦੇਣਾ ਪੇਮੈਂਟ ਦੇ ਸਕਦਾ ਹੈ ਲੇਕਿਨ ਉਹਨੂੰ ਪੈਸਾ ਉਦੋਂ ਹੀ ਮਿਲੇਗਾ ਜਦੋਂ ਉਹਦੀ ਡੈਥ ਹੋਏਗੀ ਅਗਰ ਉਹ ਕੁਛ ਸਰਵਾਈਵ ਕਰਦਾ ਮੰਨ ਲਓ ਐਕਸੀਡੈਂਟ ਹੋਇਆ ਲੱਤ ਬਾਂਹ ਟੁੱਟ ਗਈ ਤੁਸੀਂ ਕਹੋਗੇ ਸਾਨੂੰ ਕੁਛ ਪੈਸੇ ਮਿਲਣ ਤਾਂ ਉਹਨੂੰ ਕੁਛ ਨਹੀਂ ਮਿਲੇਗਾ ਠੀਕ ਹੈ ਜੀ ਟਰਮ ਇੰਸ਼ੋਰੈਂਸ ਪਾਲਿਸੀ ਕਿੱਦਾਂ ਦੀ ਪਾਲਿਸੀ ਜਾਂਦੀ ਹੈ ਅਗਰ ਤੁਹਾਡੀ ਡੈਥ ਹੋਏਗੀ ਤਾਂ ਤੁਹਾਨੂੰ ਪੈਸੇ ਮਿਲਣਗੇ ਇਹਦੀ ਐਗਜ਼ਾਮਪਲ ਤੁਹਾਡੇ ਕੋਲ ਕੋਈ ਹੈਗੀ ਇੱਦਾਂ ਦੀ ਕੋਈ ਇੰਸ਼ੋਰੈਂਸ ਬੈਂਕ ਦੇ ਵਿੱਚ ਕਿਸ ਦਾ ਖਾਤਾ ਹੈ 12 ਰੁਪਏ ਵਾਲੀ ਇੰਸ਼ੋਰੈਂਸ ਕਰਵਾਈ ਹੈ ਨਹੀਂ ਹੋਈ ਬੈਂਕ ਨਹੀਂ ਕੱਟਦੇ ਸਾਲ ਸਾਲ ਮੇ ਕਭੀ ਧਿਆਨ ਦੇਣਾ ਅਗਰ ਆਪਕੇ ਬੈਂਕ ਮੇ ਸੇ ਹਰ ਸਾਲ 12 ਰੁਪਏ ਕੱਟ ਰਹੇ ਹੈ ਤੋ ਆਪਕੀ ਇਹ ਵਾਲੀ ਇੰਸ਼ੋਰੈਂਸ ਹੋਈ ਹੋਈ ਹੈ ਠੀਕ ਹੈ ਬਾਈ ਦਾ ਚਾਂਸ ਆਪਕੀ ਅਗਰ ਡੈਥ ਹੋ ਜਾਂਦੀ ਤੋ ਆਪਣੇ ਘਰ ਵਾਲੋਂ ਕੋ ਇਨਫੋਰਮ ਕਰਕੇ ਰੱਖੋ ਕਿ ਬੈਂਕ ਸੇ 2 ਲੱਖ ਰੁਪਏ ਮਿਲ ਸਕਤੇ ਹੈ ਬਾਈ ਠੀਕ ਹੈ ਇਹ ਮੋਦੀ ਵਾਲੋਂ ਨੇ ਸਕੀਮ ਚਲਾਈ ਥੀ ਮੋਦੀ ਜੀ ਕਾ ਧੰਨਵਾਦ ਐਸਾ ਬਹੁਤ ਬਹੁਤ ਜੋ ਉਹਨੇ ਹਮਾਰੀ ਬਿਨਾਂ ਕਹੇ ਵੀ ਇੰਸ਼ੋਰੈਂਸ ਕਰ ਦੀ ਠੀਕ ਹੈ ਤੋ ਐਸੀ ਇੰਸ਼ੋਰੈਂਸ ਹੋਣੀ ਚਾਹੀਏ 12 ਰੁਪਏ ਕਈ ਹਮੇ ਚੁਕਤੇ ਹੈ ਹਰ ਇੱਕ ਸਾਲ ਮੇ 2-3 ਲੱਖ ਰੁਪਏ ਕੀ ਹੈ ਠੀਕ ਹੈ ਅਗਰ ਆਪਕਾ ਨਹੀਂ ਕੁਛ ਵੀ ਹੋਤਾ ਹੈ ਤੋ ਠੀਕ ਹੈ ਅਗਰ ਹੋ ਜਾਤਾ ਤੋ 2 ਲੱਖ ਬੈਂਕ ਸੇ ਮਿਲ ਸਕਤੇ ਕਿਤਨੇ ਸਾਲ ਲਗਤੇ ਹੋਗੇ ਕੋਈ 12 ਕਿਤਨੇ ਚਲੇ ਜਾਏਂਗੇ ਅਗਰ ਆਪ ਕਿਤਨੀ ਉਮਰ ਜੀ ਲੋਗੇ 12 ਸੇ ਮਲਟੀਪਲਾਈ ਕਰਨਾ ਅਗਰ 12 ਰੁਪਏ ਕੱਟ ਵੀ ਰਹੇ ਸਿਕਿਓਰ ਤੋ ਹੋ ਹੈ ਨਾ ਤੋ ਧਿਆਨ ਰੱਖਣਾ ਇਸਕੇ ਬਾਰੇ ਸਾਰੇ ਮਹੀਨੇ ਨਹੀਂ ਕੱਟਤੇ ਹੈ ਸਾਲ ਕੇ 12 ਉਸਕੇ ਬਾਅਦ ਹੋਲ ਲਾਈਫ ਇੰਸ਼ੋਰੈਂਸ ਸੈਕਿੰਡ ਪੁਆਇੰਟ ਜੋ ਹੈ ਹੋਲ ਲਾਈਫ ਇੰਸ਼ੋਰੈਂਸ ਮਤਲਬ ਹਰ ਇੱਕ ਦਿਨ 12 ਮਹੀਨੇ ਹੁੰਦੇ ਹੈ ਮਹੀਨੇ ਕਾ ਇੱਕ ਰੁਪਏ ਕੱਟਣਾ ਹਾਂ ਬਸ ਸਹੀ ਪਕੜੇ ਉਸਕੇ ਬਾਅਦ ਹੈ ਹੋਲ ਲਾਈਫ ਇੰਸ਼ੋਰੈਂਸ ਹੋਲ ਲਾਈਫ ਪਾਲਿਸੀ ਹੈਜ਼ ਨੋ ਫਿਕਸਡ ਟਰਮ ਦੇਅਰ ਵਿਲ ਬੀ ਆਲਵੇਜ਼ ਬੀ ਅ ਬੈਨੀਫਿਟ ਐਟ ਦੀ ਡੈਥ ਆਫ ਦੀ ਇੰਸ਼ੋਰਡ ਹੋਲ ਲਾਈਫ ਜਬ ਇੰਸ਼ੋਰੈਂਸ ਹੋਤੀ ਹੈ ਇਸਕੇ ਉੱਪਰ ਕੋਈ ਵੀ ਟਾਈਮ ਪੀਰੀਅਡ ਫਿਕਸ ਨਹੀਂ ਹੁੰਦਾ ਵੀ ਆਪਣੇ ਕਿਤਨੇ ਟਾਈਮ ਕੀ ਕਰਵਾਈ ਹੈ ਠੀਕ ਹੈ ਪੂਰੀ ਲਾਈਫ ਕੇ ਲਈ ਹੋਤੀ ਹੈ ਇਸ ਪੇ ਵੀ ਜੋ ਬੈਨੀਫਿਟ ਮਿਲਦਾ ਹੈ ਉਹ ਕਬ ਮਿਲਦਾ ਹੈ ਓਨਲੀ ਡੈਥ ਪੇ ਠੀਕ ਹੈ ਜੀ ਹੋਲ ਲਾਈਫ ਪਾਲਿਸੀਜ਼ ਆਰ ਦੀ ਸਮ ਟਾਈਮ ਯੂਜ਼ ਟੂ ਪ੍ਰੋਵਾਈਡ ਅ ਬੈਨੀਫਿਟ ਔਨ ਦੀ ਡੈਥ ਆਫ ਇਨਾਂਸ ਬੈਨੀਫਿਟਿਡ ਟੂ ਪੇ ਦੀ ਇਨਹੇਰੈਂਟ ਟੈਕਸ ਲਾਇਬਿਲਟੀ ਔਨ ਦੀ ਸਟੇਟ ਜੋ ਟੈਕਸ ਲਾਇਬਿਲਟੀ ਉਹਨਾਂ ਨੇ ਪਹਿਲੇ ਆਪਕੋ ਬੋਲੀ ਹੋਗੀ ਇਸਕੇ ਉੱਪਰ ਉਹ ਪੈਸਾ ਕੱਟ ਕੇ ਆਪਕੋ ਡੈਥ ਪੇ ਉਹ ਪੈਸਾ ਮਿਲ ਜਾਂਦਾ ਹੈ ਠੀਕ ਹੈ ਜੀ ਸੈਕਿੰਡ ਹੈ ਇੰਡੋਮੈਂਟ ਇੰਸ਼ੋਰੈਂਸ ਇੰਡੋਮੈਂਟ ਇੰਸ਼ੋਰੈਂਸ ਨਾਰਮਲੀ ਹਮ ਲੋਕ ਸਭ ਜੋ ਕਰਵਾਤੇ ਹੈ ਹਮਾਰੀ ਇਹ ਇੰਸ਼ੋਰੈਂਸ ਹੋਤੀ ਹੈ ਜਿਸਕੇ ਬਾਰੇ ਹਮੇਂ ਪਤਾ ਵੀ ਹੋਤਾ ਹੈ ਵੀ ਹਾਂ LIC ਜਾਂ ਕੁਛ ਵੀ ਕਰਵਾਈਏ ਵੀ ਠੀਕ ਹੈ ਇੰਡੋਮੈਂਟ ਇੰਸ਼ੋਰੈਂਸ ਪਾਲਿਸੀ ਵਿਲ ਪੇ ਦੀ ਪਾਲਿਸੀ ਹੋਲਡਰ ਏ ਸਮ ਆਫਟਰ ਅ ਫਿਕਸ ਪੀਰੀਅਡ ਔਨ ਦੀ ਡੈਥ ਬਿਫੋਰ ਦੀ ਪੀਰੀਅਡ ਇਜ਼ ਕੰਪਲੀਟਿਡ ਅਨਲਾਈਕ ਦੀ ਟਰਮ ਇੰਸ਼ੋਰੈਂਸ ਹੋਲ ਲਾਈਫ ਇੰਸ਼ੋਰੈਂਸ ਪਾਲਿਸੀ ਹੋਲਡਰ ਔਨ ਰਿਸੀਵ ਕੈਨ ਬੈਨੀਫਿਟ ਇੰਡੋਮੈਂਟ ਪਾਲਿਸੀਜ਼ ਆਰ ਜਨਰਲੀ ਯੂਜ਼ ਐਂਡ ਇਨਵੈਸਟਮੈਂਟ ਐਂਡ ਸੇਵਿੰਗ ਪ੍ਰੋਡਕਟ ਜਿਹੜੀ ਇਹ ਪਾਲਿਸੀ ਹੈਗੀ ਇਹਨੂੰ ਇਨਵੈਸਟਮੈਂਟ ਜਾਂ ਫਿਰ ਸੇਵਿੰਗ ਪ੍ਰੋਡਕਟ ਵੀ ਅਸੀਂ ਕਹਿ ਸਕਦੇ ਹਾਂ ਜਿਵੇਂ ਕਹਿੰਦੇ ਅਸੀਂ ਕੋਈ ਪਾਲਿਸੀ ਕਰਾਈਏ ਉਹਦੇ ਵਿੱਚ ਟਾਈਮ ਪੀਰੀਅਡ ਹੁੰਦਾ ਵੀ 10 ਸਾਲ 15 ਸਾਲ 20 ਸਾਲ 25 ਸਾਲ ਦੀ ਅਸੀਂ ਕਰਾਈ ਹੈ ਸਾਨੂੰ ਉਸ ਤੋਂ ਬਾਅਦ ਇੰਨੇ ਪੈਸੇ ਮਿਲ ਜਾਣਗੇ ਇਹਦੇ ਵਿੱਚ ਨਾਲ ਇੰਸ਼ੋਰ ਸਾਨੂੰ ਫਾਇਦਾ ਇਹ ਵੀ ਮਿਲ ਜਾਂਦਾ ਕਿ ਸਾਡੀ ਡੈਥ ਹੋਏਗੀ ਤਾਂ ਸਾਨੂੰ ਇਸ ਤੋਂ ਇੰਨੇ ਪੈਸੇ ਵੀ ਮਿਲ ਜਾਣਗੇ ਅਗਰ ਨਹੀਂ ਹੋਏਗੀ ਤਾਂ ਲਾਸਟ ਵਿੱਚ ਬੈਨੀਫਿਟ ਮਿਲਣਾ ਹੈ ਠੀਕ ਹੈ ਜੀ ਇੰਡੋਮੈਂਟ ਪਾਲਿਸੀ ਨੂੰ ਤੁਸੀਂ ਸੇਵਿੰਗ ਔਰ ਇਨਵੈਸਟਮੈਂਟ ਪਾਲਿਸੀ ਵੀ ਕਹਿ ਸਕਦੇ ਹੈ ਜਦੋਂ ਅਸੀਂ ਇਹ ਪਾਲਿਸੀ ਕਰਾਉਂਦੇ ਸਾਨੂੰ ਪਹਿਲਾਂ ਤੋਂ ਹੀ ਦੱਸ ਦਿੰਦੇ ਨੇ ਵੀ 5 ਸਾਲ ਕੀ ਕਰਵਾਈਏ 10 ਸਾਲ ਦੀ ਕਰਾਈਏ 15 ਸਾਲ ਦੀ ਨੋਰਮਲੀ ਜਿਹੜੀ ਨੋਰਮਲੀ ਅੱਜ ਕੱਲ੍ਹ ਅਗਰ ਬੈਸਟ ਪਾਲਿਸੀਆਂ ਆਉਂਦੀਆਂ ਨੇ ਉਹ 20-20 ਸਾਲ ਦੀਆਂ ਆਉਂਦੀਆਂ ਤੁਸੀਂ ਅੱਜ ਸਟਾਰਟ ਕਰੋ 20 ਸਾਲ ਬਾਅਦ ਪੈਸੇ ਮਿਲ ਉਹਦੇ ਤੁਹਾਨੂੰ 15 ਸਾਲ ਪੈਸੇ ਦੇਣੇ ਆ ਜਾਂ 10 ਸਾਲ ਪੈਸੇ ਦੇਣੇ ਉਹਦੇ ਉੱਪਰ ਹੁੰਦਾ ਬੈਲੈਂਸ ਡਿਸਾਈਡ ਹੋ ਜਾਂਦਾ 20 ਸਾਲ ਮੰਥਲੀ ਕੁਆਟਰਲੀ ਹਾਫ ਈਅਰਲੀ ਜਾਂ ਈਅਰਲੀ ਜਿਹਦੀ ਉਹਦੀ ਤੁਸੀਂ ਪ੍ਰੀਮੀਅਮ ਹੈ ਉਹ ਭਰਨਾ ਹੁੰਦਾ ਤੁਹਾਨੂੰ ਠੀਕ ਹੈ ਅਗਰ ਤੁਹਾਨੂੰ ਇਹਦੀ ਕੋਈ ਐਗਜ਼ਾਮਪਲ ਲਿਖਣੀ ਆਈ ਤਾਂ ਤੁਸੀਂ ਲਿਖ ਦੋਗੇ ਜਿਵੇਂ ਅਸੀਂ ਨੋਰਮਲੀ LIC ਦੀ ਕੋਈ ਵੀ ਪਾਲਿਸੀ ਕਰਾਉਣੀ ਹੈਗੀ ਠੀਕ ਹੈ ਜਾਂ ਬੈਂਕ ਦੇ ਵਿੱਚ ਕੋਈ ਇਨਵੈਸਟਮੈਂਟ ਕਰਾ ਦੇਣ ਜਿਵੇਂ ਕਿ RD FD ਕੁਛ ਵੀ ਕਰਾ ਦੇਣ ਠੀਕ ਹੈ ਸਰ ਇੰਸ਼ੋਰੈਂਸ ਹੁੰਦੀ ਵੀ RD ਕੀ ਫੁੱਲ ਫਾਰਮ ਕਿਆ ਹੁੰਦੀ ਹੈ ਰਿਕਰਡ ਡਿਪੋਜ਼ਿਟ ਕੌਨ ਸਾ ਰਿਕਰਡ ਡਿਪੋਜ਼ਿਟ ਰਿਕਰਡ RD ਮੇ ਹਮ ਪੈਸੇ ਜੋ ਜਮਾ ਕਰਤੇ ਹੈ ਵੋ ਹਮ ਮੰਥਲੀ ਜਮਾ ਕਰ ਸਕਤੇ ਹੈ ਕੁਆਟਰਲੀ ਜਮਾ ਕਰ ਸਕਤੇ ਹੈ ਹਾਫ ਈਅਰਲੀ ਵੀ ਜਮਾ ਕਰ ਸਕਤੇ ਹੈ
फिक्स डिपॉजिट होता है, अभी एक बार जमा हो गया वो एक साल के लिए, दो साल के लिए करवाया, तीन साल के लिए करवाया, आपके उसके बाद आपके पास आती है मैक्सिमम इन्वेस्टमेंट कॉन्ट्रैक्ट। सर्टन कॉन्ट्रैक्ट आर डिजाइन टू प्रोवाइड मिनिमल लाइफ कवर एंड प्रिंसिपल इन्वेस्टमेंट प्रोडक्ट, फॉर एग्जाम्पल यूनिट लाइक पॉलिसीज। बेनिफिट मे टेक द फॉर्म ऑफ कैपिटल सम ऑफ मैच्योरिटी विच इज ऑफन पार्शली ग्रांटेड। ये ऐसी पॉलिसी होती है जिसमें हम क्या देखते हैं, हमें इन्वेस्टमेंट करने पे ज्यादा फायदा हो, ठीक है जी। मैक्सिमम इन्वेस्टमेंट का मतलब क्या, हम अपनी इन्वेस्टमेंट ज्यादा करें। ऐसी इन जो पॉलिसी होती है ज्यादातर कंपनी वाले करवाते हैं, ठीक है, जो बिजनेस वाले हैं वो करवाते हैं, उसमें क्या इन्वेस्टमेंट ज्यादा करते हैं। उनको ये होता है भी कल को मान लो हमारे किसी पार्टनर की डेथ हो जाती है, कुछ होते हैं, तो हमारी वर्किंग कैपिटल जो है उसको अफेक्ट ना पड़े, पैसा हम खुद पॉलिसी वालों से लेके आगे पे कर दें, ठीक है। फिर आपके पास यूनिट लिंक्ड पॉलिसीज। व्हेन ए यूनिट लिंक्ड पॉलिसी, द पॉलिसी होल्डर बाय यूनिट से पूल इन्वेस्टमेंट फंड एंड देयर फॉर पार्टिसिपेट डायरेक्टली इन द इन्वेस्टमेंट परफॉर्मेंस ऑफ अंडरलाइंग फंड्स, द रिटर्न अराइजिंग ऑन ए यूनिट लिंक्ड। यूनिट लिंक्ड पॉलिसी का मतलब क्या है, कई बार हमारे पास क्या है, हम कोई पॉलिसी करवा लेते हैं, वो कंपनी वाले ऐसी पॉलिसी नोट में करते हैं, इसमें क्या है हमारे फंड कैश देने की जरूरत नहीं पड़ती, हम किसी ना किसी चीज से लिंक करवा देते हैं, हमारा पैसा जो है उधर से आता रहता है। मान लीजिए हमने अपने बैंक से लिंक करवा दिया, तो उन्होंने पांच महीने बाद, छह महीने बाद, जो भी किस्त हमारी कटनी होगी, दो साल बाद, उधर से ऑटोमोटिव पैसा चला जाएगा, हमें क्या अपने फंड को अफेक्ट करने पड़ता, जो हमारा रनिंग में चल रहा था उससे हमारा पैसा आता है, ठीक है, उसको बोलते हैं यूनिट लिंक। फिर उसके बाद है एनुटीज। An annuity policy provides the payment to be made at regular intervals starting at the specified date using continue until the death of the policy holder. The amount of the payment is specified by the policy and the may consent throughout the annuity period may be increased at the prescribed rate. Annuity जो policy होती है उसमें क्या है, payment जो है regular interval पे दी जाती है। Regular interval means पहले से time decide होगा, महीने की है, तीन महीने की है, छह महीने की है, या फिर साल की है, ठीक है जी। तब तक पॉलिसी होल्डर पैसे देता रहता है जब तक उसकी डेथ नहीं हो जाती, ठीक है। एनुटी एक पॉलिसी, ऐसी पॉलिसी है जिसमें हम प्रीमियम जो भरते रहते हैं रेगुलर इंटरवल पे भरते हैं, हम ऐसे एनुटी को क्या पूरे एनुअल होता है हमारा, जब तक हमारी लाइफ है तब तक, ठीक है, वो पैसा हम तब तक भरते रहते हैं, चाहे जिस टाइम, जैसे कि हम एग्जाम्पल इसमें वही 12 रुपए इंश्योरेंस ले सकते हैं, हम तब तक 12 रुपए भरते चले जाएंगे जब तक हमारा अकाउंट चलता रहेगा, है ना, जब तक हम खुद चल रहे हैं, जब खत्म होगा उसका बेनिफिट हमारी फैमिली को मिल जाएगा। इसका जो आपका मैच्योरिटी का अमाउंट है वो बढ़ भी सकता है अगर आपने अमाउंट जो ज्यादा दे दिया, जैसे मैंने बोला भी, बोला 2 लाख रुपए हम देंगे बैंक, हर एक बैंक देगा अगर अपनी 12, अगर मान लो आपका 12 रुपए देते हुए 2 लाख से ज्यादा अमाउंट चली गई बैंक, अगर आपकी उस बाद उसमें डेथ होती है तो वो अमाउंट रेट जो है बढ़ भी जाएगा, ठीक है। उसके बाद है पेंशन। पेंशन पॉलिसी इन्वॉल्विंग द पेइंग रेगुलर और सिंगल प्रीमियम टू क्रिएट ए स्ट्रीम ऑफ इनकम। पेंशन पॉलिसी वो होती है जिसमें हम क्या सिंगल प्रीमियम देते, तो मतलब परमानेंट देते रहते हैं, लेकिन एक बार में सिर्फ एक ही प्रीमियम देते हैं। किसके लिए देते हैं, ताकि हमारी जो आगे जाके इनकम का जो रेगुलर सर्कल वो चलता रहे, मींस ओल्ड एज में जब आप जाएंगे तो आपको कहीं से पैसे लेने की जरूरत ना पड़े, आपकी पेंशन ऑटो मोड पे लग जाएगी। ऐसी स्कीम हो, अगर मान लो ये भी बैंक में जैसे है 300 रुपए है हर साल के, 300 रुपए अगर आपके बैंक से कटते हैं तो आपकी वो पेंशन स्कीम चल रही है, लास्ट में जब आप 54 एज कंप्लीट करेंगे उसके बाद आपकी ऑटो मोड पे पेंशन लग जाएगी, आपके खाते में पैसे आने स्टार्ट हो जाएंगे। एंडोमेंट पॉलिसी एंडोमेंट पॉलिसी एक इन्वेस्टमेंट पॉलिसी होती है, ये कुछ इतना नहीं होता। अगर डेथ हो गई, उन्होंने कहा 5 लाख की पॉलिसी कराई, उन्होंने कहना भी अगर एट द टाइम ऑफ द कोर्स ऑफ द पॉलिसी, मीनस पॉलिसी का जो कोर्स होगा 15 साल का या 20 साल का, वो अगर थोड़ी डेथ हो जाती है तो थोड़ा 7 लाख रुपए दे देंगे, ठीक है। अगर नहीं होंगी तो जो पॉलिसी खत्म होगी तो 5 लाख की कराई, तो 5 तो जमा कराना ही कराना है, इंटरवेल के बीच करवाना है, मीनस महीने महीने की किस्त है जो साल दी है, जो खत्म होगी तो 10 लाख मिलेगा या 12.5 लाख मिलेगा, उन्होंने ऊपर डिपेंड होता है। एमएनई मिल जाएगी जो पेंशन होगी, अगर तुम बीच की खत्म करनी है, नहीं होनी बीच की खत्म करनी है, रेट ऑफ इंटरेस्ट कट करके भी मैंने दे देने, ठीक है। जेडी 60 साल बाद है वो पेंशन स्कीम है, अगर तुम नहीं करानी चाहिए तो नहीं करवाई तो करवाना चाहते तो बैंक के बीच भी करवा सकते हो, तो थोड़े हर साल 300 रुपए थोड़े बैंक के बीचों कट जाया करेंगे, वो भी मोदी वाली की स्कीम है। उस तो बाद है परमानेंट हेल्थ इंश्योरेंस। ए परमानेंट हेल्थ इन पॉलिसी प्रोवाइड द इनकम टू बी पेड इन इवेंट ऑफ इंश्योर्ड फॉलिंग इल, द सम पेड डिपेंडेंट्स ऑन द पार्टिकुलर कॉन्ट्रैक्ट मे बी आइदर फिक्स्ड और एक्सेलरेटिंग एंड ऑफ द लिमिटेड पीरियड ऑफ पेड इमीडिएटली। परमानेंट हेल्थ इंश्योरेंस जी असं लें, फायदा सानू कदों होंगे जो असं बीमार हों, जिहड़ी कंडीशन ने कॉन्ट्रैक्ट के अकॉर्डिंग ही डिपेंड करदियां हैगियां। अगर अज तो असीं अपनी
ਹੈਲਥ ਇੰਸ਼ੋਰੈਂਸ ਕਰਾਉਂਦੇ ਹਾਂ, ਉਹਦਾ ਸਾਨੂੰ ਫਾਇਦਾ ਕੀ ਹੋਏਗਾ? ਮੰਨ ਲਓ ਤੁਸੀਂ ਬੁਖਾਰ ਬੁਖੂਰ ਹੋਏ, ਉਹਦੀ ਸਾਨੂੰ ਦਵਾਈਆਂ ਨਹੀਂ ਮਿਲਦੀਆਂ ਹੈਗੀਆਂ, ਮੰਨ ਲਓ ਨੋਰਮਲ ਕਿਸੇ ਨੂੰ ਬਿਮਾਰੀ ਹੋ ਗਈ ਤਾਂ ਤੁਸੀਂ ਕਹੋਗੇ ਅਸੀਂ ਪਹਿਲੇ ਸਾਲ 'ਚ ਵੀ ਉਹਦਾ ਇਲਾਜ ਕਰਾਉਣ ਚਲੇ ਜਾਵਾਂਗੇ, ਉਦੋਂ ਇਹਨਾਂ ਦੀ ਕੁਝ ਕੰਡੀਸ਼ਨ ਹੁੰਦੀਆਂ ਨੇ ਵੀ ਪਹਿਲੇ ਸਾਲ ਤੁਹਾਨੂੰ ਇਹ ਨਹੀਂ ਮਿਲਣਾ, ਦੂਸਰੇ ਸਾਲ ਇਹ ਨਹੀਂ ਮਿਲਣਾ, ਤੀਸਰੇ ਸਾਲ ਇਹ ਨਹੀਂ ਮਿਲਣਾ, ਹੈ ਨਾ ਵੀ। ਉਸ ਤੋਂ ਬਾਅਦ ਫਿਰ ਜਾ ਕੇ ਮੰਨ ਲਓ ਦੋ ਤਿੰਨ ਸਾਲ ਬਾਅਦ ਤੁਹਾਨੂੰ ਉਸ ਤੋਂ ਬਾਅਦ ਜਿਹੜੀ ਮਰਜ਼ੀ ਬਿਮਾਰੀ ਹੋਵੇ, ਜਦੋਂ ਤੁਸੀਂ ਪ੍ਰੀਮੀਅਮ 3 ਸਾਲ ਦੇਤਾ, ਫਿਰ ਉਸ ਤੋਂ ਬਾਅਦ ਜਿਹੜੀ ਮਰਜ਼ੀ ਬਿਮਾਰੀ ਹੋਵੇ ਤੁਹਾਨੂੰ ਫ੍ਰੀ ਦੇ ਇਲਾਜ ਹੋਣਾ ਸਟਾਰਟ ਹੁੰਦਾ ਹੈ। ਜਿਵੇਂ ਹੁਣ ਮੰਨ ਲਓ ਤੁਸੀਂ ਕਿਸੇ ਨੂੰ ਐਗਜ਼ਾਮਪਲ ਕਹਿੰਦੇ ਸੀ ਪਹਿਲੇ ਸਾਲ ਦੇ ਵਿੱਚ ਇੱਦਾਂ ਹੁੰਦਾ ਹੈ, ਜਿਵੇਂ ਕਿਸੇ ਨੂੰ ਸ਼ੂਗਰ ਵਗੈਰਾ ਜਾਂ ਕੁਛ ਹੈ, ਤੁਸੀਂ ਉਹਦੇ ਲਈ ਇਲਾਜ ਕਰਨ ਚਲੇ ਗਏ, ਉਹਨਾਂ ਨੇ ਪਹਿਲੇ ਸਾਲ ਦੇ ਵਿੱਚ ਰਿਕਵਰ ਨਹੀਂ ਕਰਨਾ ਕਿਉਂਕਿ ਉਹਦੇ 'ਤੇ ਖਰਚਾ ਜਿਵੇਂ ਜ਼ਿਆਦਾ ਆ ਜਾਂਦਾ, ਕਿਉਂਕਿ ਤੁਸੀਂ ਪ੍ਰੀਮੀਅਮ 800 ਰੁਪਏ ਭਰਿਆ, ਉੱਥੇ ਜਾ ਕੇ 15 ਲੱਖ ਦਾ ਤੁਹਾਡਾ ਬਿੱਲ ਬਣਿਆ, ਤੁਸੀਂ ਕਹੋ ਸਾਡਾ ਕੰਪਨੀ ਭਰੋ ਕੇ, ਇੱਦਾਂ ਨਹੀਂ ਹੁੰਦਾ ਨਾ। 2-3 ਸਾਲ ਉਹ ਕੁਛ ਨਹੀਂ ਦਿੰਦੇ, ਉਸ ਤੋਂ ਬਾਅਦ ਫਿਰ ਤੁਹਾਡਾ ਸਟਾਰਟ ਹੋ ਜਾਂਦਾ। ਤਾਂ ਹੈਲਥ ਇੰਸ਼ੋਰੈਂਸ ਕਰਾਉਣ ਦਾ ਸਾਨੂੰ ਕੋਈ ਬੈਨੀਫਿਟ ਹੋਰ ਕੁਛ ਨਹੀਂ ਮਿਲਦਾ ਵੀ ਤੁਹਾਡੇ ਪੈਸੇ ਵਾਪਸ ਆਉਣਗੇ, ਹੈਲਥ ਇੰਸ਼ੋਰੈਂਸ ਦਾ ਇਹ ਹੈਗਾ ਫਰਦਰ ਫਿਊਚਰ ਦੇ ਵਿੱਚ ਅਗਰ ਤੁਹਾਨੂੰ ਕੁਛ ਲੋੜ ਪੈਂਦੀ ਹੈ, ਸਾਰਾ ਹੋਸਪਿਟੈਲਿਟੀ ਖਰਚਾ ਜੋ ਵੀ ਹੈ ਉਹ ਇੰਸ਼ੋਰੈਂਸ ਕੰਪਨੀ ਕਰੇਗੀ। ਕੰਪਨੀ ਇਹ ਹੈਲਥ ਇੰਸ਼ੋਰ, ਉਹ ਤਾਂ ਕੰਪਨੀ ਕਾ ਇੱਕ ਰੂਲ ਹੈ, ਆਪ ਜਿਸ ਅੱਛੀ ਕੰਪਨੀ ਮੇਂ ਲਿਮਿਟਿਡ ਕੰਪਨੀ ਮੇਂ ਲੱਗੇ ਹੋ, ਅਗਰ ਆਪਕੇ ਇੰਪਲੋਈ ਕੋ ਕੁਛ ਹੋ ਜਾਤਾ ਹੈ ਤੋ ਸਾਰੀ ਪੇਮੈਂਟ ਜੋ ਕੰਪਨੀ ਕੋ ਹੀ ਕਰਨਾ ਪੜਤਾ ਹੈ, ਠੀਕ ਹੈ। ਅਗਰ ਆਪ ਕੰਪਨੀ ਸੇ ਬਾਹਰ ਕਹੀਂ ਆਪਣਾ ਕੁਛ ਕਰਵਾਏ ਤੋ ਫਿਰ ਕੰਪਨੀ ਥੋੜੀ ਦੇਣੀ ਆਏਗੀ, ਠੀਕ ਹੈ। ਸਰ ਵੈਸੇ ਗਵਰਨਮੈਂਟ ਵੀ ਦਿੰਦੀ ਹੈ ਕੰਪਨੀ ਵਗੈਰਾ ਨੂੰ ਵੀ, ਇਹਨਾਂ ਨੂੰ ਵੀ ਗਵਰਨਮੈਂਟ ਦੇ ਵਿੱਚ ਜਿਹੜੀ ਤੁਹਾਡੀ ਸਕੀਮ ਹੈਗੀ ਉਹ ਮੈਡੀਕਲ ਇੰਸ਼ੋਰੈਂਸ ਹੁੰਦੀ ਹੈ, ਤੁਹਾਡੇ ਜਿਹੜੇ ਕੱਟਦੇ ਹੈਗੇ ESI ਦੇ ਪੈਸੇ, ਇੰਪਲੋਈ ਸਟੇਟ ਇੰਸ਼ੋਰੈਂਸ ਉਹ ਹੁੰਦੇ ਆ। ਤੁਹਾਨੂੰ ਮੈਡੀਕਲ ਫੀਸ ਤੁਸੀਂ ਕਾਰਡ ਬਣ ਜਾਣਾ, ਤੁਸੀਂ ESI ਹੋਸਪਿਟਲ ਚੋਂ ਦਵਾਈ ਵਗੈਰਾ ਲੈ ਸਕਦੇ ਹੋ, ਅਗਰ ਕੁਛ ਹੁੰਦਾ ਤਾਂ ਉਹਦਾ ਇਲਾਜ ਵੀ ਕਰਾ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਹੈਗਾ ਪ੍ਰੀਮੀਅਮਸ, ਇਹ ਪ੍ਰੀਮੀਅਮ ਇਜ਼ ਸਮ ਪੇਡ ਟੂ ਦੀ ਲਾਈਫ ਆਫ ਆਫਿਸ ਟੂ ਦੀ ਅਸ਼ੋਰ ਦੀ ਬੈਨੀਫਿਟ ਸਪੈਸੀਫਾਈਡ ਦੀ ਪੋਲਸੀ। ਅਸੀਂ ਪ੍ਰੀਮੀਅਮ ਕੀ ਹੈ ਪੇ ਕਰਦੇ ਹੈਗੇ, ਜਿਹਨੂੰ ਪੋਲਸੀ ਆਫਿਸ ਵਾਲਿਆਂ ਨੂੰ ਪੇ ਕਰਦੇ ਹੈਗੇ ਤਾਂ ਕਿ ਸਾਨੂੰ ਉਹਦਾ ਬੈਨੀਫਿਟ ਮਿਲ ਸਕੇ। ਪੇਮੈਂਟ ਔਨ ਪ੍ਰੀਮੀਅਮਸ, ਦੇਖੋ ਇਹਨਾਂ ਨੂੰ ਕੀ ਲਿਖੇਗਾ, ਸਿੰਗਲ ਪ੍ਰੀਮੀਅਮ ਕੰਟਰੈਕਟ। ਕਈ ਵਾਰ ਅਸੀਂ ਜਿਹੜਾ ਕੰਟਰੈਕਟ ਕਰਦੇ ਹਾਂ ਸਿੰਗਲ ਪ੍ਰੀਮੀਅਮ, ਇੱਕ ਵਾਰ ਦੇ ਵਿੱਚ ਅਸੀਂ ਪੇਮੈਂਟ ਦਿੱਤੀ, ਇਹਨੂੰ ਐਗਜ਼ਾਮਪਲ ਤੁਸੀਂ ਕਹਿ ਸਕਦੇ ਹੋ ਹੈਲਥ ਇੰਸ਼ੋਰੈਂਸ, ਜਿਵੇਂ ਮੰਨ ਲਓ ਮੈਨੇ ਸਾਲ ਲਈ ਹੈਲਥ ਇੰਸ਼ੋਰੈਂਸ ਕਰਾਈ, ਉਹਦੀ ਇੱਕ ਵਾਰ ਦੀ ਪੇਮੈਂਟ ਜਾਏਗੀ, 1000 ਰੁਪਏ, 10,000 ਹੈ, 15,000 ਹੈ, ਇੱਕ ਵਾਰ ਚਲੀ ਜਾਏਗੀ, ਉਹਦਾ ਪੂਰੇ ਸਾਲ ਦਾ ਤੁਹਾਡਾ ਬੈਨੀਫਿਟ ਹੋ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਹੈਗਾ ਰੈਗੂਲਰ ਪ੍ਰੀਮੀਅਮ ਕੰਟਰੈਕਟ, ਦੀ ਪੋਲਸੀ ਹੋਲਡਰ ਇਜ਼ ਕੰਟਰੈਕਟ ਓਬਲੀਗੇਟ ਟੂ ਮੇਕ ਪੇਮੈਂਟ ਐਟ ਦੀ ਰੈਗੂਲਰ ਪੀਰੀਅਡ ਆਫ ਇੰਸ਼ੋਰੈਂਸ ਓਵਰ ਦੀ ਪੋਲਸੀ ਮੰਥਲੀ ਇਨੂਅਲੀ। ਇਹਦੇ ਵਿੱਚ ਕੀ ਅਸੀਂ ਕੰਟਰੈਕਟ ਕਰ ਲੈਂਦੇ ਹਾਂ, ਅਸੀਂ ਪੋਲਸੀ ਜਿਹੜੀ ਲਵਾਂਗੇ ਜਿਵੇਂ ਲਾਈਫ ਇੰਸ਼ੋਰੈਂਸ, ਤੁਹਾਨੂੰ ਮੈਂ ਕਿਹਾ ਇਹਦੇ ਵਿੱਚ ਕੀ ਤੁਹਾਡੇ ਇਨਵੈਸਟਮੈਂਟ ਪੋਲਸੀ ਹੁੰਦੀਆਂ ਨੇ ਵੀ ਅਸੀਂ 6-6 ਮਹੀਨੇ ਦੀ ਕਿਸ਼ਤ ਭਰਾਂਗੇ, 5-15 ਸਾਲ ਬਾਅਦ ਸਾਡੇ ਜਿਹੜੇ ਪੈਸੇ ਬਣਦੇ ਹੋਣਗੇ ਸਾਨੂੰ ਵਿਆਜ ਲੱਗ ਕੇ ਮਿਲ ਜਾਏਗਾ, ਉਹ ਵੀ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਹੁੰਦੀ ਹੈ। ਰੈਗੂਲਰ ਦੇ ਵਿੱਚ ਤੁਸੀਂ ਮੰਥਲੀ, ਹਾਫ ਈਅਰਲੀ, ਕੁਆਟਰਲੀ ਕਿਸ਼ਤਾਂ ਭਰਦੇ ਚੱਲੋਗੇ ਉਦਾਂ ਹੀ, ਔਰ ਜਿੰਨੇ ਟਾਈਮ ਦੀ ਤੁਸੀਂ ਪੋਲਸੀ ਕਰਾਈ ਹੋਗੀ ਉਸ ਤੋਂ ਬਾਅਦ ਤੁਹਾਨੂੰ ਆਪਣੀ ਇਨਵੈਸਟਮੈਂਟ ਦਾ ਪੈਸਾ ਵਾਪਿਸ ਮਿਲ ਜਾਏਗਾ। ਫਿਰ ਉਸ ਤੋਂ ਬਾਅਦ ਹੈਗਾ ਰਿਕਰਿੰਗ ਸਿੰਗਲ ਪ੍ਰੀਮੀਅਮ, ਨਾਈਦਰ ਦੀ ਟਾਈਮਿੰਗ ਔਰ ਨੋਰ ਦੀ ਅਮਾਊਂਟ ਇਜ਼ ਡਿਟਰਮਾਈਨਡ ਇਨ ਐਡਵਾਂਸ। ਪ੍ਰੀਮੀਅਮ ਪਾਲਿਸੀਜ਼ ਆਰ ਓਪਨ ਸਟ੍ਰਕਚਰਡ ਇਨ ਦੀ ਮੈਨਰ ਸੋ ਆਲ ਦੀ ਪਾਲਿਸੀ ਹੋਲਡਰ ਮੈਕਸੀਮਮ ਫਲੈਕਸੀਬਿਲਟੀ ਮੇਕਿੰਗ ਕੰਟਰੀਬਿਊਸ਼ਨਸ, ਫੋਰ ਐਗਜ਼ਾਮਪਲ ਰੈਫਰੈਂਸ ਆਫ ਦੀ ਲੈਵਲ ਇਜ਼ ਇਨਕਮ ਇਨ ਐਨ ਈਅਰ। ਇਸ ਪਾਲਿਸੀ ਦੇ ਵਿੱਚ ਕਹਿੰਦਾ ਜਿਹੜੀ ਰਿਕਰਿੰਗ ਜਿਹਨੂੰ ਦੱਸਿਆ ਰਿਕਰਿੰਗ ਸਿੰਗਲ ਪ੍ਰੀਮੀਅਮ, ਇਹ ਜਿਵੇਂ RD ਅਕਾਊਂਟ ਦੇ ਅਕੋਰਡਿੰਗ ਹੀ ਡਿਪੈਂਡ ਕਰਦੀ ਹੈ। ਇਹਦੇ ਵਿੱਚ ਕੋਈ ਵੀ ਪਾਲਿਸੀ ਮੀਨਸ ਪ੍ਰੀਮੀਅਮ ਪਹਿਲਾਂ ਤੋਂ ਡਿਸਾਈਡ ਨਹੀਂ ਕਰਿਆ ਜਾਂਦਾ, ਤੁਹਾਡੀ ਇਨਕਮ ਕਿੰਨੀ ਕੁ ਸਫ਼ਰ ਕਰ ਸਕਦੀ, ਮੀਨਸ ਤੁਹਾਨੂੰ ਲੱਗਦਾ ਵੀ ਅਸੀਂ ਆਪਣੀ ਇਨਕਮ ਦੇ ਵਿੱਚ ਇੰਨਾ ਪੈਸਾ ਕੱਢ ਸਕਦੇ ਹਾਂ, ਉਸ ਦੇ ਅਕੋਰਡਿੰਗ ਜਿਹੜੀ ਪਾਲਿਸੀ ਤੁਹਾਡੀ ਬਣਾ ਦਿੱਤੀ ਜਾਂਦੀ ਉਹਨੂੰ ਕਹਿੰਦੇ ਹਾਂ ਰਿਕਰਿੰਗ ਪਾਲਿਸੀ, ਠੀਕ ਹੈ। ਤੁਹਾਨੂੰ ਲੱਗਦਾ ਵੀ ਮੇਰੀ ਇਨਕਮ ਦੇ ਵਿੱਚੋਂ ਮੈਨੂੰ ਸਿਰਫ 1500 ਰੁਪਏ ਬਚਦੇ ਹੈ, ਤਾਂ ਉਸ ਦੇ ਅਕੋਰਡਿੰਗ ਤੁਸੀਂ ਪਾਲਿਸੀ ਜਿਹੜੀ ਬਣਾਉਣਾ ਚਾਹੁੰਦੇ ਬਣਾ ਸਕਦੇ ਹੋ, 500 ਰੁਪਏ ਵਾਲੀ, 1000 ਵਾਲੀ, ਠੀਕ ਹੈ। ਜਿਵੇਂ ਬੈਂਕ ਦੇ ਵਿੱਚ ਹੀ RD ਅਕਾਊਂਟ ਖੋਲਦੇ ਹਾਂ, ਅਸੀਂ ਕਹਿੰਦੇ ਵੀ ਅਸੀਂ ਸੇਵਿੰਗ ਖੁਲਾਉਂਦੇ ਹਾਂ ਤਾਂ ਉਹਦੇ ਸਾਨੂੰ 4% ਵਿਆਜ ਮਿਲਦਾ, ਤੁਸੀਂ RD ਅਕਾਊਂਟ ਖੁਲਵਾ ਸਕਦੇ ਹੋ, ਉਹਦੇ ਵਿੱਚ ਤੁਹਾਨੂੰ ਸਿੱਧਾ 8% ਵਿਆਜ ਮਿਲੇਗਾ। ਉਹਦੇ ਵਿੱਚ ਹੁੰਦਾ ਤੁਸੀਂ ਮੰਥਲੀ ਮੰਥਲੀ ਪੈਸਾ ਜਮ੍ਹਾਂ ਕਰਾ ਲਓ, ਚਾਹੇ 3-3 ਮਹੀਨੇ ਵਿੱਚ ਜਮ੍ਹਾਂ ਕਰਾ ਲਓ, ਜਿੰਨੇ ਟਾਈਮ ਦਾ ਤੁਸੀਂ ਕਰਾਉਣ ਚਾਹੁੰਦੇ, ਸਾਲ ਦਾ ਕਰਾਓ, 5 ਸਾਲ ਦਾ ਕਰਾਓ, ਜਿਵੇਂ ਤੁਹਾਨੂੰ ਠੀਕ ਲੱਗਦਾ, ਉਹਦੇ 'ਤੇ ਵਿਆਜ ਜ਼ਿਆਦਾ ਮਿਲ ਜਾਂਦਾ। ਫਿਰ ਹੈਗਾ ਕੈਲਕੂਲੇਸ਼ਨ ਆਫ ਦੀ ਪ੍ਰੀਮੀਅਮ, ਇੰਸ਼ੋਰੈਂਸ ਕੰਪਨੀ ਨੀਡ ਟੂ ਸੈਟ ਏ ਪ੍ਰਾਈਸ ਫੋਰ ਦੀ ਕਵਰ ਗਿਵਨ ਇਨ ਸਫੀਸ਼ੀਐਂਟ ਟੂ ਪੇ। ਇੰਸ਼ੋਰੈਂਸ ਪਾਲਿਸੀ ਨੂੰ ਕੀ ਹਮੇਸ਼ਾ ਸੈੱਟ ਕਰਨਾ ਪੈਂਦਾ ਵੀ ਅਸੀਂ ਜਿਹੜਾ ਕਿਸੇ ਪਰਸਨ ਨੂੰ ਕਵਰ ਕਰ ਰਹੇ ਹਾਂ, ਕਿਸੇ ਦੀ ਪਾਲਿਸੀ ਕੀਤੀ ਤਾਂ ਉਹਦਾ ਪ੍ਰੀਮੀਅਮ ਕਿੱਦਾਂ ਕੈਲਕੂਲੇਟ ਕਰੋ। ਸਭ ਤੋਂ ਪਹਿਲਾਂ ਕੋਸਟ ਆਫ ਐਨੀ ਬੈਨੀਫਿਟ ਵਿਚ ਮੇ ਬੀ ਪੇਡ ਟੂ ਦੀ ਪਾਲਿਸੀ ਹੋਲਡਰ, ਸਭ ਤੋਂ ਪਹਿਲਾਂ ਉਹ ਡਿਸਾਈਡ ਕਰਨਗੇ ਵੀ ਕਿੰਨੀ ਕੋਸਟ ਸਾਡੀ ਲੱਗੇਗੀ ਪਾਲਿਸੀ ਹੋਲਡਰ ਨੂੰ ਕਵਰ ਕਰਨ ਦੇ ਲਈ, ਠੀਕ ਹੈ। ਫਿਰ ਉਸ ਤੋਂ ਬਾਅਦ ਕਮਿਸ਼ਨ ਪੇਡ ਟੂ ਦੀ ਸੇਲਸ ਪਰਸਨ ਨਾਟ ਇੰਟਰਮੀਡੀਏਟਰੀ, ਜਿਹੜੇ ਪਰਸਨ ਦੇ ਥਰੂ ਤੁਹਾਡੀ ਪਾਲਿਸੀ ਹੋਏਗੀ, ਇੰਸ਼ੋਰੈਂਸ ਕੰਪਨੀ ਨੇ ਉਹਨੂੰ ਵੀ ਤਾਂ ਏਜੰਟ ਨੂੰ ਕੁਝ ਕਮਿਸ਼ਨ ਦੇਣਾ, ਉਹ ਵੀ ਉਹਨਾਂ ਨੂੰ ਵਿੱਚ ਕੈਲਕੂਲੇਟਰ ਨਾਲ ਕਰਨਾ ਪੈਂਦਾ। ਕੋਸਟ ਆਫ ਐਡਮਿਨਿਸਟ੍ਰੇਟਿੰਗ ਦੀ ਪਾਲਿਸੀ, ਤੁਹਾਡੀ ਪਾਲਿਸੀ ਨੂੰ ਰਿਕਾਰਡ ਵਿੱਚ ਰੱਖਣ ਲਈ, ਮੀਨਸ ਤੁਹਾਡੀ ਪਾਲਿਸੀ ਦਾ ਰਿਕਾਰਡ ਬਣਾਉਣ ਲਈ ਜਿਹੜਾ ਖਰਚਾ ਹੈਗਾ ਉਹਦਾ ਵੀ ਖਰਚਾ ਤੁਹਾਡੇ ਤੋਂ ਲਿਆ ਜਾਂਦਾ, ਦੀ ਟਾਰਗੇਟ ਪ੍ਰੋਫਿਟ, ਫਿਰ ਕੰਪਨੀ ਆਪਣਾ ਪ੍ਰੋਫਿਟ ਵੀ ਟਾਰਗੇਟ ਕਰਦੇ ਚੱਲਦੀਆਂ ਨੇ।
हमने कहीं पे भी कोई पैसा इन्वेस्टमेंट किया उसका अगर हमें बाद में पैसा जो मिलता है उसको बोलते हैं इन्वेस्टमेंट। कुछ लोग ऐसे क्या फिक्स डिपॉजिट करवाते हैं आजकल टाइम में देखना, कुछ लोग ऐसे ओल्ड एज हैं जिनके पास पैसे ज्यादा है, अभी हैं कुछ लोग ऐसे जिनके पास जिनकी एज ज्यादा है उनके पास पुराने पैसे पड़े, उन्होंने बैंक में पैसा जमा किया हुआ है आरडी फिक्स डिपॉजिट बनाए हुए हैं, वो करते हैं जैसे उनका फिक्स डिपॉजिट के साथ में साल बाद पैसा आता है वो जाके अपना इंटरेस्ट ले आते हैं, वैसे आरडी वैसे की फिक्स डिपॉजिट अमाउंट वैसे की वैसे ही पड़ी है सिर्फ इंटरेस्ट लेते रहते हैं महीने के महीने जो इंटरेस्ट 500 रुपए सात जो भी बनता है सीनियर सिटीजन को तो ज्यादा मिलता है 8-9% है जो भी उनका। मान लो किसी ने 15 लाख जमा ही कराया बैंक में वो हर महीने जाता है अपना इन्वेस्टमेंट इनकम ले आता है वैसे में इंटरेस्ट 15 लाख का महीने आना करते भी 1-2 हजार का उनको इंटरेस्ट मिलता होगा तो जाके ले आते हैं हर महीने। तो ऐसे ही इन्वेस्टमेंट लोगों ने किए 1-2 हजार पे नॉर्मली यूज कर ली अपने कर ली जिन्होंने बहुत टाइम से यूज किया उन्होंने इंटरेस्ट वगैरह जो भी कुछ होगी जितनी अमाउंट मैंने ये श्योर नहीं कितनी अमाउंट का कितना मिलता है एग्जाम्पल मैं तुम्हें 1,07,000 मिलता है 7% इदा नहीं होंगी 0.07 चाहिए 1,07,000 देने का फायदा की है उस तो बाद एक्सपेंसिव एक्सपेंसिव क्यों होंगे खर्चे पॉलिसी खर्चे भी असं मेजर करते हैं जो कोई इंश्योरेंस थोड़ी जी अमाउंट है प्रीमियम की कैलकुलेट करनी तो इंश्योरेंस कंपनी खर्चे भी देखती है सू कि खर्चे होने अगर किसी पॉलिसी से कर रहे हैं ठीक है उसके अकॉर्डिंग थोड़ा प्रीमियम डिसाइड किया जाता है। फिर अगे लिखा है कैलकुलेटिंग सॉरी कंक्लूडिंग इन द डिटरमिनेशन प्रीमियम रेट्स एक्चुअली विल कंसीडर इंटर एलिया अगर कहना जो थोड़ी कोई प्रीमियम की रेट कटते हैं कि प्रीमियम थोड़ा होगा तो कि चीजें देखें सब तो पहला सम इनश्योर्ड कि अमाउंट की पॉलिसी हुई दी एज ऑफ द पॉलिसी होल्डर ये भी जरूर मैच कर मैटर करती है थोड़ी एज कि उसके अकॉर्डिंग पॉलिसी होती है ठीक है। मान लो तुम 50 साल के जाके हैल्थ इंश्योरेंस करा रहे हो तुम कहो मैं हैल्थ इंश्योरेंस करवानी है एग्जाम्पल है तो जी अमाउंट होगी ना हैल्थ इंश्योरेंस बहुत ज्यादा होगी क्योंकि उन्होंने तुम्हें कवर करना है 50 साल की थोड़ी उम्र है तुम्हें पता है तुम पहले तो बीमार हो गया तो कहना मैं हैल्थ इंश्योरेंस करा तो उन्हें 1-2 साल तक पहले तुम्हें देना कुछ नहीं थोड़ी जी किस्त होगी नाना करते साल की 15-20 हजार रुपये होगी तुम देने पैणगे जो 2-3 साल थोड़ी 60 हजार रुपये चले फिर उन्होंने कवर कर सकते हैं ठीक है। फिर उस तो बाद फ्यूचर इन्वेस्टमेंट रिटर्न थोड़ी फ्यूचर की इन्वेस्टमेंट जी रिटर्न कितना देना है क्योंकि उन्होंने ब्याज देना है जिन्हें पैसे लगाओ मिलता है एक्चुअली इन्वेस्टमेंट से थोड़ा ब्याज ही होंगे फिर इन्ने पैसे उन्होंने को चलेगा तो थोड़ा पैसे मोड़ देंगे। फ्यूचर एक्सपेंसिव लैवल इन एडमिनिस्ट्रेट की पॉलिसी फ्यूचर की सारी पॉलिसी मेनटेन करने के लिए किन्ने खर्चे होंगे वो भी देखा जाएगा। अलाउंस फॉर कंटीन्यूस गिवन द अनसर्टेन इनवॉल्व अगर इसके अलावा थोड़ा कोई अलाउंस दिए जाएंगे मीन थोड़ू पॉलिसी करवाएगी थोड़ी इंश्योरेंस भी कीतीगी वो भी थोड़ा खर्च देखेंगे टारगेट प्रॉफिट साडा टारगेट प्रॉफिट कितना होएगा प्राइस एट विच प्रोडक्ट आर बीइंग सोल्ड दी अदर कंपनीज अगर साडी कंपनी अलावा कुछ और इंश्योरेंस कंपनी है उन्होंने अगे तो प्रॉफिट लैवल की है जब किसी परसन कि प्रॉफिट लैवल दे रहे हैं उसके अकॉर्डिंग भी प्रीमियम सेट किए जाने हैं क्योंकि पहला तो सीगा लोग सिर्फ LIC ही कराते अज के टाइम बहुत इतनी कंपनियां आ गई जिड़ियाँ पॉलिसी कर दी है तो लोग अलग अलग जगह पर भी कराने लेकिन ज्यादातर विश्वास तो लोगों को LIC के उपर ही है लेकिन फिर भी कुछ लोग जिम्मे स्टेट बैंक ऑफ इंश्योरेंस हैगी है बजाज इंश्योरेंस है लोगों ने बहुत ने कराए भी है ठीक है तो उसके अकॉर्डिंग कंपनी अपने रेट सेट भी कर रहे हैं यही है लाइफ इंश्योरेंस कॉर्पोरेशन वो अलग अलग बनाते रहते हैं मैंने बताया ना उसमें अलग अलग पॉलिसी के नेम है जीवन ज्योति पॉलिसी है जुअल बीमा स्कीम है बहुत ऐसे स्कीमें हैं इंडोमेंट पॉलिसी अलग अलग नाम है पॉलिसियों के जो भी आपने करवाई होगी वो हो सकती है जैसे कि साहब स्पेशली गर्ल्स के लिए वो छोटी उम्र में से स्टार्ट हो जाती है आपको उनके 14 साल तक के पैसे भरने हैं उसके बाद आपको 7-8 लाख रुपए मिलेंगे वो महीने महीने किस्त होती है उसकी जितने पैसे भरेंगे उसके अकॉर्डिंग आपको किस्त होती है ठीक है। लड़कों के लिए कुछ नहीं है उनका पता भी लड़के खुद ना कुछ कहीं ना कहीं से किसी को पैसे मार मार के ले आएंगे। उसके बाद अकाउंटिंग फॉर द इंश्योरेंस अगर तुम इंश्योरेंस करते हो तो उन्होंने अकाउंटिंग की होंगी मीनस एंट्री की पाते हैं सब तो पहला प्रीमियम्स प्रीमियम अगर कहना रेगुलर प्रीमियम भर रहे हो तो उसकी एंट्री की पाएगी सब तो पहला पॉलिसी होल्डर डेबिट टू दी प्रीमियम रिटर्न ठीक है। प्रीमियम 2 प्रकार के होंगे सबने पहला पढ़ लिया रेगुलर और सिंगल प्रीमियम द अकाउंटिंग एंट्री फॉर रिकॉग्नाइज 50 रिन्यूअल प्रीमियम ऑन रेगुलर प्रीमियम पॉलिसी इन मंथ ऑफ द विच प्रीमियम फॉल्स ड्यू टू कंपनी की करती है जो मान लो 50 रुपये सानू उन्होंने लगता है मंथली पेमेंट आती है साढ़े को तो की पहला 50 रुपये ड्यू कर देंगे पॉलिसी होल्डर करनी फिर 50 रुपये रिसीव कर लेंगे पहली एंट्री की बनती देखो पॉलिसी होल्डर डेबिट डेबिट साइड टू प्रीमियम रिटर्न क्रेडिट साइड जो प्रीमियम आ जाएगा कैश कर लेंगे पॉलिसी होल्डर खत्म कर देंगे ठीक है 50 रुपये समझ गए पहला ड्यू किया फिर पेमेंट ले ली अगर सिंगल प्रीमियम है कैश टू दी
ਪ੍ਰੀਮੀਅਮ ਰਿਟਰਨ ਓਕੇ ਇਹਦੀ ਐਂਟਰੀ ਪਏਗੀ ਵੈਸੇ ਇੱਦਾਂ ਦੀ ਕੋਈ ਐਂਟਰੀ ਆਏਗੀ ਨਹੀਂ ਫਿਰ ਵੀ ਆਪਾਂ ਲਿਖ ਲੈਂਦੇ ਹਾਂ ਕਲੇਮਸ ਕੀ ਹੁੰਦੇ ਨੇ The amount of claim that is paid to the policy holder depends on the type of the policy written and the particulars whether it is without or with profit. Claim ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ policy holder ਨੂੰ ਮਿਲ ਜਾਂਦੀਆਂ ਨੇ ਉਹ ਡਿਸਾਈਡ ਕਰਦਾ ਤੁਹਾਡੇ ਐਗਰੀਮੈਂਟ ਦੇ ਵੀ ਅਸੀਂ profit ਨਾਲ ਸੀਗੇ ਤਾਂ without profit ਤੇ ਕੀਤੀ ਸੀਗੀ ਠੀਕ ਹੈ ਕੁਝ ਲੋਕ ਇੰਸ਼ੋਰੈਂਸ ਇੱਦਾਂ ਵੀ ਕਲੇਮਸ ਨੂੰ ਫਿਰਦੇ ਹੁੰਦੇ ਨੇ ਵੀ ਅਸੀਂ ਮੈਂ ਇਨਵੈਸਟਮੈਂਟ ਕਰੂੰਗਾ ਮੈਨੂੰ ਚੱਲ ਇੰਨੇ ਪੈਸੇ ਮਿਲਣਗੇ ਕੋਈ ਜਾਣ ਪਛਾਣ ਨੂੰ ਮੈਂ ਪੈਸੇ ਦੇਤੇ 5,000 rupees ਦੇਤੇ 5 ਮਹੀਨੇ ਬਾਅਦ ਮੈਨੂੰ ਪੈਸੇ ਮਿਲਣਗੇ ਤਾਂ 5 ਹੀ ਮਿਲਣਗੇ ਹੋ ਸਕਦਾ 5 ਮਹੀਨੇ ਬਾਅਦ ਮੈਨੂੰ ਵੇਟ ਵੀ ਕਰਨੀ ਪਵੇ ਵੀ 6 ਮਹੀਨੇ ਬਾਅਦ ਮਿਲਣ ਠੀਕ ਹੈ ਉਹਨੂੰ ਅਸੀਂ ਕਹਿੰਦੇ ਵਿਦਾਊਟ ਪ੍ਰੋਫਿਟ ਓਕੇ ਹੋਇਆ ਕਿਤੇ ਕਿਸੇ ਦੇ ਨਾਲ ਇੱਦਾਂ ਤੇਰੇ ਨਾਲ ਤਾਂ ਪੱਕਾ ਹੋ ਜਾਂਦਾ ਕੁਛ ਨਾ ਕੁਛ ਦੇਖੋ ਵਿਦ ਪ੍ਰੋਫਿਟ ਪਾਲਿਸੀ ਦਾ ਓਨਲੀ ਬੈਨੀਫਿਟ ਡਰਾਈਵਡ ਬਾਈ ਦੀ ਪਾਲਿਸੀ ਹੋਲਡਰ ਇਜ਼ ਪੇਮੈਂਟ ਆਫ ਦੀ ਸਮ ਇਨਸ਼ੋਰਡ ਦਾ ਅਮਾਊਂਟ ਇਜ਼ ਡਿਟਰਮਾਈਨਡ ਬਾਈ ਦੀ ਓਰੀਜਨਲ ਟਰਮਸ ਆਫ ਦੀ ਪਾਲਿਸੀ ਜਿਹੜੀ ਵਿਦ ਪ੍ਰੋਫਿਟ ਪਾਲਿਸੀ ਹੁੰਦੀ ਹੈ ਉਹਦੇ ਵਿੱਚ ਕੀ ਹੈ ਪਾਲਿਸੀ ਟਰਮਸ ਦੇ ਅਕੋਰਡਿੰਗ ਹੀ ਸਾਨੂੰ ਪੈਸਾ ਮਿਲਦਾ ਜੋ ਅਸੀਂ ਪਹਿਲਾਂ ਤੋਂ ਡਿਸਾਈਡ ਕੀਤਾ ਹੋਏਗਾ ਵੀ ਉਹਨਾਂ ਨੂੰ ਤੁਹਾਨੂੰ ਦੱਸਿਆ ਕੋਈ 5 ਲੱਖ ਦੀ ਪਾਲਿਸੀ ਤੁਸੀਂ 5 ਸਾਲ ਲਈ ਕਰਵਾਈ ਹੈ ਤੁਹਾਨੂੰ ਅਗਲੇ ਸਾਲ ਜਿਵੇਂ 6ਵੇਂ ਸਾਲ ਤੁਹਾਨੂੰ 7 ਲੱਖ ਮਿਲੇਗਾ ਜਾਂ 8 ਲੱਖ ਮਿਲੇਗਾ ਠੀਕ ਹੈ ਸੋਰੀ ਪਹਿਲਾਂ ਸੀ ਵਿਦਆਊਟ ਹਾਊਸ ਵਿਦ ਅਬ ਹੁਣ ਹੈ ਵਿਦ ਪ੍ਰੋਫਿਟ ਵਿਦ ਪ੍ਰੋਫਿਟ ਦੇ ਵਿੱਚ ਕਿਹੜੀ ਜਿਹੜੀਆਂ ਅਸੀਂ ਤੁਹਾਡੇ ਕੋਲ ਆਉਂਦੀ ਇਨਵੈਸਟਮੈਂਟ ਪਰਫੋਰਮੈਂਸ ਦੇਖੀ ਜਾਂਦੀ ਹੈ ਐਕਸਪੈਂਸਿਵ ਦੇਖੇ ਜਾਂਦੇ ਨੇ ਮੋਰਟੈਲਿਟੀ ਐਕਸਪੀਰੀਅੰਸ ਦੇਖੇ ਜਾਂਦਾ ਰੇਟ ਆਫ ਲੈਪਸਿਸ ਦੇਖੇ ਜਾਂਦਾ ਟੈਕਸੇਸ਼ਨ ਰੇਟ ਆਫ ਲੈਪਸਿਸ ਪਤਾ ਕੀ ਹੁੰਦਾ ਅਸੀਂ ਆਪਣੀ ਪੇਮੈਂਟ ਜਿਹੜੀ ਸੀਗੀਆਂ ਪ੍ਰੀਮੀਅਮ ਦੀ ਕਿੰਨੀ ਵਾਰ ਅਪ ਡਾਊਨ ਕਰਿਆ ਉਹ ਚੀਜ਼ ਵੀ ਮੈਟਰ ਕਰਦਾ ਪਾਲਿਸੀ ਦੇ ਵਿੱਚ ਸਾਨੂੰ ਕਹਿ ਦਿੱਤਾ ਜਾਂਦਾ ਵੀ ਸਾਡੀ ਪਾਲਿਸੀ 5 ਲੱਖ ਰੁਪਏ ਦੀ ਹੈ ਅਗਰ ਤੁਸੀਂ 10 ਸਾਲ ਲਈ ਕਰਾਈ ਤੁਹਾਨੂੰ ਅਸੀਂ 7 ਲੱਖ ਰੁਪਏ ਦੇਵਾਂਗੇ ਉਹਦੇ ਵਿੱਚ ਤੁਹਾਨੂੰ ਦੱਸਿਆ ਵੀ ਤੁਹਾਡੀ ਪ੍ਰੀਮੀਅਮ ਦੀ ਕਿਸ਼ਤ ਜਿਹੜੀ ਹੈਗੀ 7 ਤਰੀਕ ਹੈ ਹਰੇਕ ਮਹੀਨੇ ਤੁਸੀਂ 7 ਤਰੀਕ ਨੂੰ ਭਰਨਾ ਹੈ ਤੁਸੀਂ ਲੈਪਸ ਕਰਕੇ 1 ਮਹੀਨੇ ਭਰੀ ਨਹੀਂ 2 ਮਹੀਨੇ ਜਾਂ ਇਕੱਠੀ ਭਰਤੀ ਫਿਰ 2 ਮਹੀਨੇ ਭਰੀ ਜੇ ਫਿਰ ਭਰੀ ਤਾਂ 10-15 ਤਰੀਕ ਨੂੰ ਜਾ ਕੇ ਭਰੀ ਤਾਂ ਉਹਦੇ ਅਕੋਰਡਿੰਗ ਜਿਹੜੇ ਸਾਨੂੰ 7 ਲੱਖ ਮਿਲਣੇ ਸੀ ਉਹਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਘੱਟ ਹੀ ਮਿਲਦਾ ਹੈ ਠੀਕ ਹੈ ਉਹਨੂੰ ਕਹਿੰਦੇ ਰੇਟ ਆਫ ਲੈਪਸਿਸ ਜਿੰਨੀ ਅਮਾਊਂਟ ਥੋੜ੍ਹੀ ਘੱਟ ਜਾਂਦੀ ਹੈ ਜਾਂ ਫਿਰ ਉਹਨਾਂ ਲਿਖਿਆ ਹੋਰ ਸਰੰਡਰ ਆਫ ਪਾਲਿਸੀ ਟਾਈਮ ਤੋਂ ਪਹਿਲਾਂ ਹੀ ਅਸੀਂ ਪਾਲਿਸੀ ਸਰੰਡਰ ਕਰਤੀ ਉਹ ਚੀਜ਼ ਵੀ ਮੈਟਰ ਕਰਦੀ ਫਿਰ 5 ਦਾ 7 ਨਹੀਂ ਮਿਲਣਾ ਤੁਸੀਂ ਅਜੇ ਕੰਪਨੀ ਨੂੰ 2 ਲੱਖ ਜਮ੍ਹਾਂ ਕਰਾਇਆ ਤੁਸੀਂ ਕਹੋਗੇ ਮੈਨੂੰ 7 ਲੱਖ ਦਿੱਤਾ ਉਹਨਾਂ ਨੇ ਉਹਦਾ ਬਸ 2 ਲੱਖ 2-3 ਹਜ਼ਾਰ ਰੁਪਏ ਦੱਸ ਦੇ ਦੇਣਗੇ ਫਿਰ ਫਾਇਦਾ ਤਾਂ ਕੁਝ ਹੁੰਦਾ ਇਸ ਵਿੱਚ ਕੀ ਬਸ 1-2 ਲੱਖ ਇਨਵੈਸਟਮੈਂਟ ਸਕੀਮ ਹੈ ਆਪ ਆਪਣੇ ਘਰ ਮੇਂ ਪੈਸਾ ਸੇਵ ਕਰਕੇ ਨਹੀਂ ਰੱਖ ਸਕਦੇ ਘਰ ਮੇਂ ਪੜੇ ਹੋਗੇ ਤਾਂ ਦੇਖਤੇ ਰਹਿਣਗੇ ਨਾ ਵੀ ਇਹ ਪੜੇ ਕਿਉਂ ਇਸ ਕੇ ਬਾਅਦ ਯੂਨਿਟ ਲਿਖ ਪਹੁੰਚੀ ਆਪਾਂ ਪਹਿਲਾਂ ਕਰ ਲਿਆ ਰਿਵਾਈਜ਼ਨ ਰਿਟਰਨ ਬੋਨਸ ਇਨ ਲੀਵ ਕਰੋ ਚੁੱਪ ਕਰ ਜਾਓ ਸਰੰਡਰ ਕੀ ਹੁੰਦਾ ਹੈ ਅਬੇ ਬਣਾਇਆ ਤਾਂ ਵੀ ਕੀ ਕੋਈ ਪਾਲਿਸੀ ਹਮ ਟਾਈਮ ਸੇ ਪਹਿਲੇ ਸਰੰਡਰ ਕਰ ਦਿੰਦੇ ਹਾਂ ਠੀਕ ਹੈ ਜੀ ਮੰਨ ਲਓ ਮੇਰੇ ਪਾਸ ਪੈਸੇ ਕੀ ਐਮਰਜੈਂਸੀ ਜ਼ਰੂਰਤ ਪੜ ਗਈ ਮੁਝੇ ਫੋਨ ਲੈਣਾ ਹੈ ਤਾਂ ਹਮ ਆਪਣੀ ਪਾਲਿਸੀ ਖਤਮ ਕਰ ਦੇਂਗੇ ਫੋਨ ਲੈਣਾ ਹੈ ਤਾਂ ਲੈਣਾ ਪਾਰਟੀ ਤੋਂ ਕੀ ਵੀ ਐਪਲ ਫੋਨ ਲੈਣਾ ਉਹ ਉਸਕੇ ਲਈ ਹੁੰਦਾ ਪਰਸੋਂ ਦਰਸੋਂ ਇੱਕ ਵੀਡੀਓ ਆਈ ਸੀ ਇੱਕ ਬੱਚੇ ਕੋ ਪੁੱਛਿਆ ਜਾਂਦਾ ਕੌਨ ਸਾ ਫੋਨ ਉਹਨੇ ਬੋਲਣਾ ਮੈਨੇ ਐਪਲ ਹੀ ਲੈਣਾ ਹੈ ਛੋਟਾ ਮੋਟਾ ਲੈ ਲੈ ਕਹਿੰਦਾ ਨਹੀਂ ਉਹੀ ਲੈਣਾ ਹੈ ਠੀਕ ਹੈ ਉਸਕੇ ਬਾਅਦ ਹੈ ਵੀ ਕਮਿਸ਼ਨ ਕਮਿਸ਼ਨ ਕਿਆ ਹੋਗੇ ਕਮਿਸ਼ਨ ਜੋ ਆਪਨੇ ਉਸਕੋ ਦੇਂਗੇ ਏਜੰਟ ਕੋ कमीशन वो चीजें होती हैं जो ब्रोकर्स और एजेंट्स को मिलती हैं पॉलिसी और जो आपकी पॉलिसी करवाते हैं इसमें जो कमीशन होता है देखो उन्होंने लिखा है कितने परसेंट से कितने 5% ऑफ दी 100% ऑफ दी प्रीमियम पेड 5% तक का कमीशन मिलता है लेकिन वो कब मिलता है 100% प्रीमियम जब पेड हो जाते हैं तब मिलता है अगर पॉलिसी होल्डर मान लो आपने पॉलिसी करवाई होती है